ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰਾ ਸਾਥ ਦੇਣਗੇ ਗਿਆਨੀ ਸਵਰਨ ਸਿੰਘ ਜੀ, ਜਿਹੜੇ ਕਿ ਕਈ ਹਫ਼ਤਿਆਂ ਤੋਂ ਇੱਥੇ ਆ ਕੇ ਕੋਨਸੈਪਟ ਆਫ ਵਨਨੈਸ ਦੇ ਉੱਤੇ ਗੱਲਬਾਤ ਕਰ ਰਹੇ ਨੇ ਕਿ ਇੱਕ ਦਾ ਕੋਨਸੈਪਟ ਹੈ ਕੀ ਹੈ। ਲਾਸਟ ਵੀਕ ਜਦੋਂ ਅਸੀਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਸੀ, ਅਸੀਂ ਗੱਲਬਾਤ ਕਰ ਰਹੇ ਸੀ ਕਿ ਨੋ ਵਨ ਇਜ਼ ਪਰਫੈਕਟ, ਹਰ ਇੱਕ ਇਨਸਾਨ ਦੇ ਵਿੱਚ ਕੁਝ ਨਾ ਕੁਝ ਕਮੀਆਂ ਹੁੰਦੀਆਂ ਨੇ, ਪਰ ਜੇਕਰ ਉਸਦਾ ਅਹਿਸਾਸ ਹੋ ਜਾਏ ਅਤੇ ਉਸ 'ਤੇ ਕੰਮ ਕਰਨਾ ਸ਼ੁਰੂ ਕਰ ਦੇ ਤਾਂ ਇਹੀ ਗੁਰੂ ਸਾਹਿਬ ਦੀ ਸੋਚ ਜੋ ਹੈ ਸਾਨੂੰ ਚੇਂਜ ਸਾਡੇ 'ਚ ਲਿਆ ਸਕਦੀ ਹੈ। ਪਰ ਉਹ ਸੋਚ ਤਦ ਹੀ ਆਏਗੀ ਜੇਕਰ ਅਸੀਂ ਗੁਰਬਾਣੀ ਨਾਲ ਜੁੜਾਂਗੇ। ਸੋ ਗਿਆਨੀ ਜੀ, ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰ ਰਹੇ ਸੀ, ਆਓ ਜੁੜਦੇ ਹਾਂ ਦੁਬਾਰਾ ਤੋਂ ਉਹਨਾਂ ਦੀ ਸੋਚ ਨਾਲ ਕਿ ਉਹਨਾਂ ਨੇ ਜੀਵਨ ਵਿੱਚ ਆਪਣੇ ਪਰਿਵਰਤਨ ਕਿਵੇਂ ਲਿਆਂਦਾ ਅਤੇ ਇਹ ਕੋਨਸੈਪਟ ਆਫ ਵਨ ਜਿਹੜਾ ਹੈਗਾ, ਇਸਨੇ ਕਿਵੇਂ ਇਹਨਾਂ ਨੂੰ ਇਹਨਾਂ ਦੀ ਪਹਿਲਕਦਮੀ ਕੀਤੀ ਕਿ ਉਹ ਇਸ ਸਫ਼ਰ 'ਤੇ ਤੁਰ ਸਕਣ। ਆਓ ਸਵਾਗਤ ਕਰਦੇ ਹਾਂ ਗਿਆਨੀ ਸਵਰਨ ਸਿੰਘ ਜੀ ਦਾ। ਗਿਆਨੀ ਜੀ, ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਨਸਾਨ ਪਰਫੈਕਟ ਹੈ ਨਹੀਂ, ਪਰ ਅਸੀਂ ਪਰਫੈਕਟ ਆਪਣੇ ਆਪ ਨੂੰ ਸਮਝਦੇ ਹਾਂ। ਇੱਕ ਬੜੀ ਮਿਸਕਨਸੈਪਸ਼ਨ ਵਿੱਚ ਜੀਵਨ ਆਪਣਾ ਬਿਤਾ ਦਿੰਦੇ ਹਾਂ ਕਿ ਮੇਰੇ ਤੋਂ ਉੱਥੇ ਸਿਆਣਾ ਕੋਈ ਹੈ ਹੀ ਨਹੀਂ, ਮੇਰੇ ਤੋਂ ਉੱਥੇ ਕੋਈ ਸਮਝਦਾਰ ਹੈ ਹੀ ਨਹੀਂ। ਪਰ ਇਹ ਚੀਜ਼ ਜਿਸ ਤਰ੍ਹਾਂ ਤੁਸੀਂ ਕਹੀ ਕਿ ਇੱਕ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਵਿਅਕਤੀ ਵਿੱਚ ਵੀ ਕਈ ਵਾਰ ਆ ਜਾਂਦੀ ਹੈ, ਅਤੇ ਅੱਜ ਵੀ ਅਸੀਂ ਦੇਖਦੇ ਹਾਂ ਤੁਸੀਂ ਵੀ ਉਸ ਸਫ਼ਰ 'ਚੋਂ ਲੰਘੇ ਸੀ, ਪਰ ਤੁਹਾਨੂੰ ਅਹਿਸਾਸ ਹੋਇਆ ਅਤੇ ਤੁਸੀਂ ਆਪਣੇ ਡਾਇਰੈਕਸ਼ਨ ਨੂੰ ਮੋੜ ਲਿਆ। ਇਸੇ ਤਰੀਕੇ ਨਾਲ ਇਨਸਾਨ, ਇੱਕ ਸਿੱਖ ਜਿਹੜਾ ਹੈ, ਜਿਹੜਾ ਬਹੁਤ ਸਾਰੇ ਪਾਠ ਵੀ ਪੂਜਾ ਕਰ ਰਿਹਾ, ਸਭ ਕੁਝ ਕਰ ਰਿਹਾ, ਪਰ ਤਦ ਵੀ ਉਸਨੂੰ ਸਮਝ ਨਹੀਂ ਆ ਰਹੀ ਕਿ ਇਹ ਕੋਨਸੈਪਟ ਇੱਕ ਦਾ ਜਿਹੜਾ ਇਸ ਨਾਲ ਮੈਂ ਜੁੜ ਕੇ ਕਿਵੇਂ ਪਰਿਵਰਤਨ ਲਿਆਉਣਾ, ਉਹਦੇ ਮਤਲਬ ਸਾਨੂੰ ਮੁੜ ਤੋਂ ਜੁੜੋ ਜੀ। ਦੇਖੋ, ਮੈਂ ਸਾਰੀ ਸੰਗਤ ਨੂੰ, ਜਿਹੜੇ ਵੀ ਪਿਆਰੇ ਦਰਸ਼ਕ ਹੈਗੇ ਆ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਅੱਖਾਂ ਖੋਲ੍ਹ ਕੇ, ਕੰਨ ਵੀ ਖੋਲ੍ਹ ਕੇ, ਰਸਣ ਨੂੰ ਥੋੜ੍ਹਾ ਜਿਹਾ ਕੰਟਰੋਲ ਕਰਕੇ ਜੀ, ਧਿਆਨ ਆਪਣਾ ਜੋੜ ਕੇ ਜ਼ਰਾ ਫਿਰ ਇੱਕ ਵਾਰੀ ਵੇਖੋ ਕਿ ਮੈਂ ਕੌਣ ਹਾਂ। ਜਿਸ ਤਰ੍ਹਾਂ ਮੈਂ ਸਾਧ ਸਿੰਘ ਨੂੰ ਦੱਸਾਂਗਾ, ਧਰਮ ਇੱਕ ਸੜਕ ਹੈ, ਧਰਮ ਇੱਕ ਪੌੜੀ ਹੈ, ਛੱਤ ਨਹੀਂ। ਅਤੇ ਛੱਤ 'ਤੇ ਚੜ੍ਹਨ ਪੌੜੀ ਸਾਨੂੰ ਜ਼ਰੂਰ ਚਾਹੀਦੀ ਆ। ਆਪਣੇ ਜਗ੍ਹਾ 'ਤੇ ਪਹੁੰਚਣ ਲਈ ਸਾਨੂੰ ਸੜਕ ਜ਼ਰੂਰ ਚਾਹੀਦੀ ਆ ਜੀ, ਪਰ ਸੜਕ ਦੀ ਪੂਜਾ ਨਾ ਕਰੀ ਜਾਈਏ। ਪਰ ਅਸੀਂ ਬਹੁਤ ਸਾਰੇ ਸੜਕ ਦੀ ਪੂਜਾ ਕਰਦੇ ਜਾਂ ਪੌੜੀ ਦੀ ਪੂਜਾ ਕਰਦੇ ਹਾਂ। ਪੂਜਾ ਕਰਨ ਵਾਸਤੇ ਸਾਨੂੰ ਪੌੜੀ ਨਹੀਂ ਮਿਲੀ, ਚੜ੍ਹਨ ਵਾਸਤੇ ਪੌੜੀ ਮਿਲੀ ਆ। ਪੂਜਾ ਕਰਨ ਵਾਸਤੇ ਸਾਨੂੰ ਸੜਕ ਨਹੀਂ ਮਿਲੀ, ਸਾਨੂੰ ਸੜਕ 'ਤੇ ਤੁਰਨ ਦੀ ਪ੍ਰੇਰਣਾ ਦਿੱਤੀ ਆ ਜੀ। ਜਦ ਤੱਕ ਅਸੀਂ ਤੁਰਦੇ ਨਹੀਂ, ਅਸੀਂ ਆਪਣੀ ਮੰਜ਼ਿਲ 'ਤੇ ਕਦੀ ਵੀ ਪਹੁੰਚ ਨਹੀਂ ਸਕਦੇ। ਜਦ ਤੱਕ ਅਸੀਂ ਪੌੜੀ ਦੇ ਸਟੈਪ ਬਾਏ ਸਟੈਪ ਚੜ੍ਹਦੇ ਨਹੀਂ, ਅਸੀਂ ਛੱਤ 'ਤੇ ਆਖਰ 'ਤੇ ਪਹੁੰਚ ਨਹੀਂ ਸਕਦੇ ਜੀ। ਜਿਸ ਕਾਰਨ ਕਰਕੇ ਬਹੁਤ ਸਾਰੇ ਭੁਲੇਖੇ ਮਨ ਦੇ ਵਿੱਚ ਮਾਇਆ ਵੀ ਪਾ ਦਿੰਦੀ ਹੈ। ਜਦੋਂ ਮਾਇਆ ਤੁਹਾਨੂੰ ਭੁਲੇਖੇ ਪਾਉਂਦੀ ਆ, ਕਨਫਿਊਜ਼ਨ ਹੋ ਜਾਂਦਾ, ਅਤੇ ਉਹਦੇ ਵਿੱਚ ਫਿਰ ਇੱਕ ਚੰਗੀ ਗੱਲ ਵੀ ਹੈਗੀ, ਲੜਾਈ ਹੈ ਨਾ ਇਹ, ਫਿਰ ਬੰਦਾ ਅਰਦਾਸ ਵੀ ਕਰਦਾ ਕਿ ਸੱਚੇ ਪਾਤਸ਼ਾਹ ਮੈਂ ਤਾਂ ਬੁਰੀ ਤਰ੍ਹਾਂ ਫਸ ਗਿਆ, ਹੁਣ ਮੈਂ ਦੱਸ ਕਿੱਦਾਂ ਨਿਕਲਾਂ। ਜਦੋਂ ਤੁਸੀਂ ਅਰਦਾਸ ਕਰਦੇ ਹੋ ਤਾਂ ਕੋਈ ਨਾ ਕੋਈ ਐਸਾ ਸੋਰਸ ਤੁਹਾਨੂੰ ਮਿਲ ਜਾਂਦਾ ਲਾਈਫ 'ਚ ਕਿ ਜਿਹੜਾ ਤੁਹਾਨੂੰ ਗਾਈਡ ਕਰਦਾ। ਮਿਸਾਲ ਦੇ ਉੱਤੇ ਤੁਸੀਂ ਸਹਿਜ ਪਾਠ ਕੀਤਾ, ਇੱਕ ਵਾਰੀ ਕੀਤਾ, ਦੋ ਵਾਰੀ ਕੀਤਾ, ਤਿੰਨ ਵਾਰੀ ਕੀਤਾ, ਤੁਹਾਨੂੰ ਉਹਦੇ ਵਿੱਚੋਂ ਹੀ ਇੱਕ ਐਸੀ ਗਾਈਡੈਂਸ ਔਰ ਐਸਾ ਮੈਸੇਜ ਮਿਲ ਜਾਂਦਾ ਕਿ ਤੁਹਾਡੇ ਹਰ ਮਸਲੇ ਦਾ ਹੱਲ ਜਿਹੜਾ ਗੁਰੂ ਗ੍ਰੰਥ ਸਾਹਿਬ ਕਰ ਦਿੰਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਿੱਖ ਲਈ ਸੰਪੂਰਨ ਗੁਰੂ ਨੇ। ਠੀਕ। ਅਤੇ ਸੰਪੂਰਨ ਗੁਰੂ ਮੇਰੇ ਅਰਦਾਸ ਵੀ ਕਰਨੀ ਆ। ਅਰਦਾਸ ਵਿੱਚ ਸਾਨੂੰ ਉਹਨਾਂ ਨੇ ਸੋਝ ਵੀ ਦੇ ਦੇਣੀ ਆ, ਮੈਸੇਜ ਵੀ ਦੇ ਦੇਣਾ, ਔਰ ਤੁਹਾਡੇ ਹਰ ਮਸਲੇ ਦਾ ਜਵਾਬ ਵੀ ਦੇ ਦੇਣਾ। ਸੋ ਅਰਦਾਸ ਦੀ ਲਾਈਫ ਵਿੱਚ ਵੀ ਇੱਕ ਗੁਰਸਿੱਖ ਨਾਲ ਮਿਲਾਪ ਹੋਇਆ ਸੀ ਔਰ ਉਹ ਸਿਮਰਨ ਕਰਦਾ ਸੀ ਜੀ। ਮੈਨੂੰ ਨਹੀਂ ਸੀ ਪਤਾ ਕੀ ਕਰਦਾ, ਮੈਂ ਤਾਂ ਆਪਣੀ ਪੰਜ ਬਾਣੀਆਂ ਪੜ੍ਹ ਕੇ ਸਮਾਪਤੀ ਕਰ ਲੈਂਦਾ ਸੀਗਾ ਜੀ। ਜਦੋਂ ਉਹਦੇ ਨਾਲ ਗੱਲਬਾਤ ਹੋਈ ਤਾਂ ਮੈਂ ਕਿਹਾ ਵੀ ਇਹ ਸਿਮਰਨ ਕੀ ਹੁੰਦਾ। ਹੁਣ ਸਿਮਰਨ ਦੇ ਬਾਰੇ ਜਦੋਂ ਵਿਚਾਰ ਵਟਾਂਦਰਾ ਹੋਇਆ, ਹੁਣ ਦੇਖੋ ਗੱਲ ਉਹ ਆ ਗਈ, ਸਹੀ ਪਿਆਰੇ ਮੇਣੀ ਜਿਹਨਾਂ ਮੇਰਾ ਤੇਰਾ ਨਾਮ ਚਿਤਾਵੇ, ਉਸ ਦੇ ਨਾਲ ਸਾਡੇ ਵਿਚਾਰ ਵਟਾਂਦਰਾ ਹੋਇਆ। ਜਿਸ ਤਰ੍ਹਾਂ ਉਹਨੇ ਆਪਣੀ ਲਾਈਫ ਸਟਾਈਲ ਬਣਾਇਆ ਸੀਗਾ, ਅਤੇ ਜੋ ਦੀਸੇ ਗੁਰਸਿੱਖੜਾ ਅਤੇ ਸਨੇਬ ਨੇ ਲਾਗੋਂ ਪਾ ਜੀ, ਅਤੇ ਦਾਸ ਨੇ ਵੀ ਫਿਰ ਉਸ ਨੂੰ ਹੋਰ ਖੋਜ ਕਰਨਾ ਸ਼ੁਰੂ ਕੀਤਾ। ਉਹਦੇ ਕਹਿਣ ਦੇ ਉੱਤੇ ਜਦੋਂ ਫਿਰ ਥੋੜ੍ਹੀ ਜਿਹੀ ਗਾਈਡੈਂਸ ਹੋਣੀ ਸ਼ੁਰੂ ਹੋਈ, ਆਈ ਸਟਾਰਟ ਡੂ ਮੈਡੀਟੇਸ਼ਨ ਜੀ, ਸਿਮਰਨ ਕਰਨਾ, ਬੰਦਗੀ ਕਰਨਾ, ਤੜਕੇ ਉੱਠਣਾ ਸ਼ੁਰੂ ਕੀਤਾ। ਭਾਵੇਂ ਅੱਜ ਕੱਲ੍ਹ ਕਈ ਪੜ੍ਹੇ ਲਿਖੇ ਜਾਂ ਹੋਰ ਕਈ ਕਹਿੰਦੇ ਆ ਵੀ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਕੋਈ ਨਹੀਂ, ਅੰਮ੍ਰਿਤ ਵੇਲਾ ਹੈ ਹੀ ਕੋਈ ਨਹੀਂ ਕਹਿੰਦੇ ਆ। ਦੇਖੋ ਗੱਲ ਇਹ ਆ ਕਿ ਜਿਹੜੀ ਕੁਦਰਤ ਆ, ਆਪਾਂ ਮੌਸਮ ਲੈ ਲਓ, ਜਾਂ ਅਸੀਂ ਮੌਸਮ ਹੀ ਲੈ ਲਓ ਜਾਂ ਰੁੱਤਾਂ ਲੈ ਲਓ ਜੀ, ਹਰ ਰੁੱਤ ਦਾ
ਕਾਇਨਾਤ 'ਤੇ ਅਸਰ ਪੈਂਦਾ, ਬਿਲਕੁਲ ਹਰ ਰੁੱਤ ਦਾ ਧਰਤੀ 'ਤੇ ਅਸਰ ਪੈਂਦਾ, ਹਰ ਰੁੱਤ ਦਾ ਦਰਖਤਾਂ 'ਤੇ ਅਸਰ ਪੈਂਦਾ ਜੀ, ਹਰ ਰੁੱਤ ਦੀ ਚੇਂਜ ਵਿੱਚ ਉਹਨਾਂ ਵਿੱਚ ਵੀ ਚੇਂਜ ਆਉਂਦੀ ਹੈ, ਹਰ ਰੁੱਤ ਦਾ ਮਨੁੱਖ ਦੇ ਜੀਵਨ ਦੇ ਵਿੱਚ ਵੀ ਅਸਰ ਪੈਂਦਾ। ਧੁੱਪ ਨਿਕਲੀ ਆ ਤਾਂ ਹਰ ਕੋਈ ਕੀ ਕਹਿੰਦਾ ਬਿਊਟੀਫੁਲ ਡੇ, ਤਾਂ ਜੇ ਮੀਂਹ ਪੈਂਦਾ ਬਰਫ਼ ਪੈਂਦੀ ਆ ਤਾਂ ਉਹ ਕਹਿਣਗੇ ਬੁਰਾ ਹਾਲ ਆ ਸਾਡਾ, ਠੀਕ ਹੈ ਨਾ। ਅੱਛਾ, ਜੇ ਰੁੱਤਾਂ ਦਾ ਜੇ ਮੌਸਮ ਦਾ ਤੁਹਾਡੇ ਤੁਹਾਡੇ ਮਨ 'ਤੇ ਅਸਰ ਪੈਂਦਾ ਹੈ, ਅਤੇ ਦਿਨ ਦਾ ਅਤੇ ਰਾਤ ਦਾ ਵੀ ਸਾਡੇ 'ਤੇ ਅਸਰ ਪੈਂਦਾ ਹੈ ਜੀ, ਔਰ ਉਹ ਅਸਰ ਇੱਕ ਜਿਹੜੀ ਸਿਸਟਮ ਕੁਦਰਤ ਦਾ ਚੱਲਦਾ ਹੈ ਉਸ ਨੂੰ ਥੋੜ੍ਹਾ ਜਿਹਾ ਸਮਝਣਾ ਚਾਹੀਦਾ ਸਾਨੂੰ। ਬਿਨਾਂ ਵਜ੍ਹਾ ਬਗੈਰ ਸੋਚੇ ਸਮਝੇ ਕੋਈ ਗੱਲ ਨਹੀਂ ਕਰ ਦੇਣੀ ਚਾਹੀਦੀ, ਰਿਜੈਕਟ ਨਹੀਂ ਕਰਨਾ ਚਾਹੀਦਾ ਆਈਡੀਆਲੋਜੀ, ਸਾਨੂੰ ਸੋਚਣਾ ਚਾਹੀਦਾ ਹੈ ਕਿ ਰਾਤ ਅਤੇ ਦਿਨ, ਸਵੇਰ ਦਾ ਟਾਈਮ, ਰਾਤ ਦਾ ਟਾਈਮ, ਸੂਰਜ ਨਿਕਲਦਾ ਟਾਈਮ, ਉਹ ਤੋਂ ਬਾਅਦ ਦਾ ਟਾਈਮ, ਇਹਨਾਂ ਸਾਰਿਆਂ ਸਮਿਆਂ ਦਾ ਮਨੁੱਖ ਦੇ ਸੁਭਾਅ 'ਤੇ ਵੀ ਅਸਰ ਪੈਂਦਾ ਜੀ। ਧਰਤੀ ਉੱਤੇ ਸੰਸਾਰ ਵਿੱਚ ਰੌਲਾ ਕਦੋਂ ਜ਼ਿਆਦਾ ਪੈਂਦਾ, ਇਹ ਤਾਂ ਮੰਨਣਾ ਪਏਗਾ ਨਾ, ਦਿਨੇ ਰੌਲਾ ਹੀ ਹੁੰਦਾ। ਔਰ ਅੱਜ ਕੱਲ੍ਹ ਜਿਹੜੀ ਆ ਸਾਊਂਡ ਪੋਲਿਊਸ਼ਨ ਦੀ ਵੀ ਸਾਹ ਚੱਲ ਪਈ ਆ ਜੀ, ਕਿ ਸਾਊਂਡ ਪੋਲਿਊਸ਼ਨ ਕਰਕੇ ਬੁਰੀ ਹਾਲਤ, ਕਈ ਅਨੇਕਾਂ ਬਿਮਾਰੀਆਂ ਦਾ ਕਾਰਨ ਵੀ ਸਾਊਂਡ ਪੋਲਿਊਸ਼ਨ ਬਣ ਰਿਹਾ, ਜਿੱਦਾਂ ਕਦੇ ਚਿੜੀਆਂ ਵੀ ਮਰ ਰਹੀਆਂ, ਕਈ ਮਾਜ ਸ਼ਹਿਦ ਦੀਆਂ ਮੱਖੀਆਂ ਵੀ ਮਰ ਰਹੀਆਂ। ਸੋ ਕਹਿਣ ਦਾ ਮਤਲਬ ਕਿ ਸਾਊਂਡ ਦਾ ਅਤੇ ਤੁਹਾਡੇ ਮਨ ਦਾ ਵੀ ਅਸਰ ਇੱਕ ਦੂਜੇ ਦਾ ਹੈਗਾ ਸੰਬੰਧ ਜੀ, ਅਤੇ ਤਾਂ ਕਰਕੇ ਦਾਸ ਵੀ ਉਸ ਸਿੱਖ ਦੇ ਕਹਿਣ ਦੇ ਮੁਤਾਬਕ ਅੰਮ੍ਰਿਤ ਵੇਲੇ ਉੱਠਦਾ ਤਾਂ ਅੱਗੇ ਵੀ ਸੀ, ਪਰ ਮੈਂ 5-6 ਵਜੇ ਉੱਠਦਾ ਸੀ। ਸੋ ਸਿਮਰਨ ਤੁਸੀਂ ਸ਼ੁਰੂ ਕੀਤਾ, ਅੰਮ੍ਰਿਤ ਵੇਲਾ ਜਿਹੜਾ ਕਿਸ ਸਮੇਂ ਨੂੰ ਅਸੀਂ ਕਹਿੰਦੇ ਹਾਂ, ਅਤੇ ਉਸ ਸਮੇਂ ਤੁਹਾਡੇ ਜਿਹੜੇ ਪਰਿਵਰਤਨ ਆਏ ਜਿਸ ਤੋਂ ਕਿ ਅਸੀਂ ਕੁਝ ਸਿੱਖ ਸਕਦੇ ਹਾਂ, ਇਸ ਬਾਰੇ ਜਾਣਕਾਰੀ ਲੈਂਦੇ ਹਾਂ ਇਸ ਬ੍ਰੇਕ ਤੋਂ ਬਾਅਦ ਜੀ। ਠੀਕ ਹੈ ਜੀ। ਅੱਜ ਦੀ ਇਸ ਰੀਅਲ ਇਸਟੇਟ ਮਾਰਕੀਟ ਵਿੱਚ ਜ਼ਰੂਰਤ ਹੈ ਇੱਕ ਤਜਰਬੇਕਾਰ ਅਤੇ ਮਿਹਨਤੀ ਰੀਅਲ ਇਸਟੇਟ ਏਜੰਟ ਦੀ, ਜੋ ਤੁਹਾਡੀ ਪ੍ਰਾਪਰਟੀ ਨੂੰ ਸਹੀ ਤਰੀਕੇ ਨਾਲ ਮਾਰਕੀਟ ਵਿੱਚ ਪੇਸ਼ ਕਰ ਸਕੇ, ਅਤੇ ਖਾਸ ਕਰਕੇ ਜਦ ਤੁਸੀਂ ਘਰ ਵੇਚਣਾ ਹੈ ਤਾਂ ਕਮਿਸ਼ਨ ਵਿੱਚ ਹਜ਼ਾਰਾਂ ਹੀ ਡਾਲਰਸ ਦੀ ਬਚਤ ਕਰਵਾ ਸਕੇ। ਮਕਾਨ ਮਾਲਕ ਕਈ ਆਪਸ਼ਨਸ ਦੀ ਵਰਤੋਂ ਕਰਕੇ ਆਪਣੀ ਟਰਮਸ ਅਤੇ ਲਿਸਟਿੰਗ ਇੱਕ ਫਲੈਟ ਫੀ ਦੇ ਕੇ ਕਰ ਸਕਦੇ ਹਨ। ਵਨ ਫਲੈਟ ਫੀ ਦੇ ਮਯੂਰ ਅਰੋੜਾ ਤੁਹਾਨੂੰ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਮਦਦ ਕਰ ਸਕਦੇ ਹਨ, ਕਿਉਂਕਿ ਇਹਨਾਂ ਨੇ ਲੋਅਰ ਮੇਨਲੈਂਡ ਵਿੱਚ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਹੀ ਪ੍ਰਾਪਰਟੀਜ਼ ਵੇਚੀਆਂ ਹਨ। ਅੱਜ ਹੀ ਕਾਲ ਕਰੋ 604-725-1000 ਜਾਂ ਫਿਰ ਵਿਜ਼ਿਟ ਕਰੋ oneflatfee.ca। ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪੋਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਅੰਮ੍ਰਿਤ ਵੇਲੇ ਦੀ ਕੀ ਮਹੱਤਤਾ ਹੈ ਇਸ ਸੰਬੰਧ ਵਿੱਚ? ਭਾਈ ਸਾਹਿਬ ਨੇ ਬ੍ਰੇਕ ਤੋਂ ਪਹਿਲਾਂ ਐਗਜ਼ਾਮਪਲ ਦਿੱਤਾ ਕਿ ਕਿਸ ਤਰ੍ਹਾਂ ਇਹ ਵੀ ਸਮਝਣਾ ਇਹਨਾਂ ਨੇ ਸ਼ੁਰੂ ਕੀਤਾ ਕਿ ਅੰਮ੍ਰਿਤ ਵੇਲਾ ਉਹ ਹੈ ਉਹ ਸਮਾਂ ਜਿਸ ਸਮੇਂ ਉੱਠ ਕੇ ਉਸ ਪਰਮਾਤਮਾ ਨਾਲ ਇੱਕ ਮੇਲ ਮਿਲਾਉਣ ਦਾ ਕੋਸ਼ਿਸ਼ ਕੀਤਾ ਜਾਏ। ਕਿਵੇਂ, ਕਿਸ ਤਰ੍ਹਾਂ, ਕੀ ਕੁਝ ਹੋਇਆ, ਉਸ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ ਗਿਆਨੀ ਸਵਰਨ ਸਿੰਘ ਜੀ ਤੋਂ। ਜੀ ਗਿਆਨੀ ਜੀ, ਸੋ ਤੁਸੀਂ 5-6 ਵਜੇ ਕਿਹਾ ਸੀ ਉੱਠਿਆ ਕਰਦੇ ਸੀ, ਪਰ ਹੁਣ ਅੰਮ੍ਰਿਤ ਵੇਲੇ ਦੇ ਬਾਰੇ ਤੁਹਾਨੂੰ ਪਤਾ ਲੱਗਾ। ਸੋ ਅੰਮ੍ਰਿਤ ਵੇਲਾ ਵੀ ਅਗੇਨ ਅਸੀਂ ਕੁਝ, ਕੋਈ ਕਹਿੰਦਾ ਜੀ, ਕੋਈ ਕੁਝ ਕਹਿੰਦਾ, ਅਸਲ ਵਿੱਚ ਕਿਹੜਾ ਅੰਮ੍ਰਿਤ ਵੇਲਾ ਗੁਰਬਾਣੀ ਅਨੁਸਾਰ ਕਿਹੜਾ ਉਹ ਸਮਾਂ ਜਦੋਂ ਕਿ ਸਾਨੂੰ ਉੱਠ ਕੇ ਉਸ ਪਰਮਾਤਮਾ ਨੂੰ ਧਿਆਉਣਾ ਚਾਹੀਦਾ? ਦੇਖੋ, ਜਦ ਮੈਂ ਸਾਰੇ ਧਰਮਾਂ ਦਾ ਅਧਿਐਨ ਕੀਤਾ, ਇਸਲਾਮ ਵੀ 3:30 ਵਜੇ ਆਪਣੀ ਨਮਾਜ਼ ਪੜ੍ਹਦੇ ਆ, ਠੀਕ ਹੈ ਜੀ ਜੀ। ਬੁੱਧਿਸਟ ਜਿਹੜੇ ਉਹ ਵੀ 3:30 ਵਜੇ ਉੱਠਦੇ ਆ, ਓਕੇ, ਤਕਰੀਬਨ ਤੜਕੇ ਉੱਠਦੇ ਆ ਜੀ। ਅਤੇ ਕ੍ਰਿਸਚੈਨਿਟੀ ਵੀ ਜਿਹੜੀ ਆ ਉਹਨੂੰ ਕ੍ਰਿਸਚਨ ਮੈਡੀਟੇਸ਼ਨ ਕਹਿੰਦੇ ਆ, ਐਕਚੁਅਲੀ ਉਹ ਵੀ ਅੰਮ੍ਰਿਤ ਵੇਲੇ ਉੱਠਦੇ ਆ ਜੀ। ਅਤੇ ਹਿੰਦੂ ਧਰਮ ਵਿੱਚ ਵੀ ਸਵੇਰੇ ਉੱਠਣ ਦਾ, ਇਸ਼ਨਾਨ ਕਰਨ ਦਾ ਰਿਵਾਜ਼ ਹੈ ਜੀ, ਹੈਗਾ ਆ। ਅਤੇ ਸਿੱਖ ਧਰਮ ਵਿੱਚ ਤਾਂ ਹੁਕਮ ਹੈ, ਮੈਂ ਰਿਵਾਜ਼ ਨਹੀਂ ਕਹਿੰਦਾ, ਹੁਕਮ ਆ, ਆਰਡਰ ਹੈ ਸਾਡੇ ਗੁਰੂ ਦਾ ਕਿ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉੱਠ ਨਾਮ 'ਤੇ ਆਵੇ, ਇਹ ਫਸਟ ਸਾਡਾ ਸਟੈਪ ਹੈਗਾ। ਹੁਣ ਇਸ 'ਤੇ ਕਿੰਤੂ ਪਰੰਤੂ ਜੇ ਅਸੀਂ ਕਰਦੇ ਹਾਂ ਤਾਂ ਹੀ ਕਰਾਂਗੇ, ਪਹਿਲਾਂ ਅਸੀਂ ਉਹ ਦੇਖੀਏ ਸਤਿਗੁਰੂ ਦਾ ਮੈਸੇਜ ਜਿਹੜਾ ਹੈਗਾ ਉਸ ਨੂੰ ਪ੍ਰੈਕਟਿਸ ਵਿੱਚ ਲਿਆਈਏ, ਫਿਰ ਹੀ ਕੋਈ ਗੱਲ ਕਰਾਂਗੇ। ਬਿਲਕੁਲ, ਤਾਂ ਜੇ ਪ੍ਰੈਕਟਿਸ ਵਿੱਚ ਨਹੀਂ ਲਿਆਉਂਦੇ ਉੱਦਾਂ ਹੀ ਕਹਿ ਦਿੰਦੇ, ਕਿਉਂਕਿ ਮੈਂ ਉੱਠ ਨਹੀਂ ਸਕਦਾ ਇਸ ਕਰਕੇ ਇਹਦਾ ਮੈਂ ਨਾ ਹੋਰ ਕਰ ਲਈਏ, ਅਤੇ ਨਹੀਂ, ਅਸਲ 'ਚ ਇਹ ਆ ਕਿ ਮੈਂ ਪੱਛਮੀ ਦੇਸ਼ਾਂ ਦੇ ਵਿੱਚ ਜਿਹੜੇ ਮਾਨਸਿਕ ਡਾਕਟਰ ਜਿਹੜੇ ਆ ਜਾਂ ਆਮ ਡਾਕਟਰ ਵੀ ਜਿਹੜੇ ਆ ਜਾਂ ਫਿਲਾਸਫਰ ਵੀ ਜਿਹੜੇ ਆ ਉਹ ਵੀ ਕਹਿੰਦੇ ਅਰਲੀ ਟੂ ਬੈੱਡ ਐਂਡ ਅਰਲੀ ਟੂ ਰਾਈਜ਼ ਮੇਕ ਅਸ ਹੈਲਦੀ ਵੈਲਦੀ ਐਂਡ ਵਾਈਸ, ਇਹ ਪੂਰਬ ਦਾ ਕਹਾਣਾ ਨਹੀਂ ਪੱਛਮ ਦਾ ਆ, ਅਤੇ ਇਹਦੇ ਵਿੱਚ ਕੁਛ ਨਾ ਕੁਛ ਤਾਂ ਹੈ ਨਾ। ਕੀ ਹੈਗਾ, ਦੇਖੋ, ਜਦੋਂ ਧਰਤੀ ਸੂਰਜ ਤੋਂ ਪਰੇ ਹੋ ਜਾਂਦੀ ਆ ਅਤੇ ਹਨੇਰਾ ਹੋ ਜਾਂਦਾ, ਅੱਛਾ, ਸੂਰਜ ਤਾਂ ਕਦੇ ਛੁੱਪਦਾ ਨਹੀਂ,
ਸੂਰਜ ਦੀਆਂ ਕਿਰਨਾਂ ਕਦੀ ਛੁੱਪਦੀਆਂ ਨਹੀਂ, ਸੂਰਜ ਦੀ ਜਿਹੜੀ ਸੋਲਰ ਐਨਰਜੀ ਆ ਪਾਵਰ ਉਹ ਵੀ ਕਦੀ ਬੰਦ ਨਹੀਂ ਹੁੰਦੀ, ਉਹ ਧਰਤੀ 'ਤੇ ਸਦਾ ਹੀ ਪਈ ਜਾਂਦੀ ਆ। ਇਹ ਤਾਂ ਇੱਕ ਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕਿ ਕੀਤੇ ਵੇਸ। ਹੁਣ ਜਿਹੜੀ ਸੂਰਜ ਦਾ ਜਿਹੜਾ ਇੱਕ ਸਾਡੇ ਸ਼ਾਇਦ ਤੁਸੀਂ ਵੀ ਸੁਣਿਆ ਹੋਊਗਾ ਪਿੰਡਾਂ ਵਿੱਚ ਤੜਕੇ ਦਾ ਲੁਆਲਾ, ਜਦੋਂ ਘੜੀਆਂ ਨਹੀਂ ਸੀ ਹੁੰਦੀਆਂ ਕਹਿਣਾ ਲੁਆਲਾ ਹੋ ਗਿਆ, ਭਾਵ ਕਿ ਥੋੜ੍ਹਾ ਥੋੜ੍ਹਾ ਤਾਰਿਆਂ ਦੇ ਵਿੱਚ ਰੋਸ਼ਨੀ ਜਿਹੀ ਦਿਸਣ ਲੱਗ ਪਈ ਵੀ ਤੜਕੇ ਤੋਂ ਪਹਿਲਾਂ। ਅਤੇ ਉਹ ਲੁਆਲਾ ਕੀ ਆ ਆਪਾਂ ਇਹ ਵੇਖਣਾ ਹੈਗਾ, ਸੂਰਜ ਦੀਆਂ ਕਿਰਨਾਂ ਜਿਹੜੀਆਂ ਹੈਗੀਆਂ ਉਹ ਚੜ੍ਹਨ ਤੋਂ ਪਹਿਲਾਂ ਹੀ ਧਰਤੀ 'ਤੇ ਪਹੁੰਚ ਜਾਂਦੀਆਂ, ਇਹ ਤਾਂ ਆਪਾਂ ਨੂੰ ਪਤਾ ਨਾ ਵੀ ਪਹੁੰਚ ਜਾਂਦੀਆਂ, ਬਾਕੀ ਆਫਟਰ ਮਿਡ ਨਾਈਟ ਉਹ ਸਾਡੀਆਂ ਤੈਰਨਾ ਆਉਣੀਆਂ ਸ਼ੁਰੂ ਹੋ ਜਾਂਦੀਆਂ। ਉਹ ਫਿਰ ਕਿਰਨਾਂ ਜਿਹੜੀਆਂ ਸਾਡੀ ਆਕਾਸ਼ 'ਚੋਂ ਆ ਕੇ ਰਿਫਲੈਕਟ ਹੋ ਕੇ ਧਰਤੀ 'ਤੇ ਆਉਂਦੀਆਂ ਜੀ, ਐਂਡ ਦੈਟਸ ਕਾਲਡ ਸੋਲਰ ਐਨਰਜੀ। ਹੁਣ ਉਹ ਸੋਲਰ ਐਨਰਜੀ ਜਿਹੜੀ ਆ ਜਿਹਨੂੰ ਆਪਾਂ ਸਪੇਸ ਕਹਿੰਦੇ ਹਾਂ ਉਹਦੇ ਵਿੱਚ ਤੁਹਾਡੇ ਧਰਤੀ 'ਤੇ ਪੈਂਦੀ ਆ, ਉਹਦੇ ਉਸ ਕਿਰਨਾਂ ਦੀ ਸ਼ਕਤੀ ਰਾਹੀਂ ਤੁਹਾਡੀ ਧਰਤੀ ਦੀ ਉਪਜ ਦਾ ਵੀ ਸੰਬੰਧ ਹੈਗਾ ਜੀ। ਜੋ ਚੀਜ਼ਾਂ ਤੁਸੀਂ ਬੀਜਦੇ ਆ ਨਾ ਉਹਨਾਂ 'ਤੇ ਅਸਰ ਪੈਂਦਾ। ਦੇਖੋ ਚੰਦ ਦੀ ਚਾਨਣੀ ਨਾਲ ਫੁੱਲਾਂ ਦੇ ਖੜਾਓ 'ਤੇ ਅਸਰ ਪੈਂਦਾ, ਉਹਦੇ ਬੈਕ ਦਾ ਅਸਰ ਪੈਂਦਾ। ਜੇ ਬਨਸਪਤੀ 'ਤੇ ਅਸਰ ਹੋ ਸਕਦਾ ਅਤੇ ਇਨਸਾਨ 'ਤੇ, ਜੇ ਦਰਖਤਾਂ 'ਤੇ ਅਸਰ ਹੋ ਸਕਦਾ, ਜੇ ਪਸ਼ੂਆਂ 'ਤੇ ਅਸਰ ਹੋ ਸਕਦਾ। ਦੇਖੋ ਮੈਂ ਮਨੁੱਖਾਂ ਨੂੰ ਕਹਿੰਦਾ ਕਿ ਤੜਕੇ ਉੱਠ ਕੇ ਮੈਂ, ਕਿਉਂਕਿ ਅਸੀਂ ਮੱਝਾਂ ਵਾਲੇ ਕਮਰੇ 'ਚ ਸੌਂਦੇ ਹੁੰਦੇ ਸੀ, ਉਦੋਂ ਘੜੀਆਂ ਤਾਂ ਹੁੰਦੀਆਂ ਸੀ, ਮੱਝਾਂ ਨੇ ਜਦ ਬੈਠੀਆਂ ਨੇ ਉੱਠ ਖੜਨਾ ਨਾ ਤੜਕੇ ਪੂਰੇ ਟਾਈਮ 'ਤੇ ਉੱਠ ਖੜਦੀਆਂ ਸੀ। ਜਦੋਂ ਪੂਰੇ ਟਾਈਮ 'ਤੇ ਉੱਠ ਖੜਦੀਆਂ ਸੀ ਤਾਂ ਪਤਾ ਲੱਗ ਜਾਂਦਾ ਸੀ ਵੀ ਇਹਨਾਂ ਨੂੰ ਕੋਈ ਮੈਸੇਜ ਆਇਆ ਤਾਂ ਹੀ ਉੱਠੀਆਂ, ਇਹਨਾਂ ਕੋਈ ਕਿਹੜੀ ਘੜੀ ਆ। ਅੱਛਾ, ਜਦੋਂ ਤੜਕੇ ਇੱਕ ਘੁੱਗੀ ਜਾਂ ਕਾਂ ਬੋਲਦੇ ਜਾਂ ਬੋਲਦੇ ਕੁੱਕੜ ਬੋਲਦੇ ਮੁਰਗੇ ਬੋਲਦੇ ਬਾਂਗਾਂ ਦਿੰਦੇ, ਤੁਸੀਂ ਕਦੀ ਦੇਖਿਆ ਵੀ ਉਹ ਪੂਰੇ ਟਾਈਮ 'ਤੇ ਬੋਲਦੇ ਆ? ਘੜੀ ਨੂੰ ਦੇਖੋ ਤੁਸੀਂ, ਉਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ? ਮੈਂ ਤਾਂ ਕਹਿੰਦਾ ਹੈਗਾ ਮਨੁੱਖ ਨੂੰ ਚੰਗੀ ਤਰ੍ਹਾਂ ਸਟੱਡੀ ਕਰਨਾ ਚਾਹੀਦਾ। ਜਦ ਪਸ਼ੂ ਪੰਛੀਆਂ ਨੂੰ ਮੈਸੇਜ ਆ ਜਾਂਦਾ ਇਟ ਇਜ਼ ਨਾ ਬ੍ਰੇਕ, ਲੈਟ ਅਸ ਵੇਕ ਅਪ, ਅਤੇ ਉਸ ਵੇਲੇ ਉਹ ਮੈਸੇਜ ਜਿਹੜਾ, ਕੁੱਕੜ ਪਾਗਲ ਤਾਂ ਹੈ ਨਹੀਂ ਜਿਹੜੇ ਐਵੇਂ ਬੋਲੀ ਜਾਂਦੇ, ਕੋਈ ਰੀਜ਼ਨ ਤਾਂ ਹੈਗਾ ਬੋਲਣ ਦਾ। ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਉਹ ਜਿਹੜੀਆਂ ਸਾਡੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਉਹ ਬਹੁਤ ਸਾਰੀ ਐਨਰਜੀ ਲੈ ਕੇ ਹਰ ਇੱਕ 'ਤੇ ਉਹ ਤਾਕਤ ਉਹ ਭੇਜ ਰਹੀਆਂ। ਅਤੇ ਮਨੁੱਖ ਜਿਹੜਾ ਹੈਗਾ ਇਹਦੇ ਦੋ ਪਾਰਟ ਨੇ ਸਰੀਰ ਦੇ, ਇੱਕ ਖੱਬਾ ਇੱਕ ਸੱਜਾ, ਫੇਫੜੇ ਵੀ ਸਾਡੇ ਇੱਕ ਸੱਜਾ ਇੱਕ ਖੱਬਾ, ਅੱਛਾ ਹੱਥ ਵੀ ਸਾਡੇ ਇੱਕ ਸੱਜਾ, ਦਿਮਾਗ ਵੀ ਸਾਡਾ ਇੱਕ ਸੱਜਾ ਇੱਕ ਖੱਬਾ, ਉਹਦਾ ਸੈਂਟਰ ਵੀ ਹੈਗਾ। ਹੁਣ ਸੈਂਟਰ ਜਿਹੜਾ ਹੈਗਾ ਅਲਾਈਨਮੈਂਟ ਅਲਾਈਨਮੈਂਟ ਆਫ ਯੂਅਰ ਮਾਇੰਡ, ਅਲਾਈਨਮੈਂਟ ਆਫ ਯੂਅਰ ਸੋਲ, ਅਲਾਈਨਮੈਂਟ ਆਫ ਯੂਅਰ ਬਾਡੀ ਵਿਲ ਰਿਸੀਵ ਦ ਪਾਵਰ ਫਰੋਮ ਦਿਸ ਯੂਨੀਵਰਸ, ਸਾਨੂੰ ਫਿਰ ਉਹ ਸ਼ਕਤੀ ਆਉਂਦੀ ਆ। ਭਾਵ ਮੇਰਾ ਕਹਿਣਾ ਤਾਂ ਕਿ ਉਸ ਵੇਲੇ ਜਿਹੜਾ ਸਮਾਧੀ ਲਾ ਕੇ ਸਟਾਰਟਿੰਗ ਵਿੱਚ, ਜਿੱਦਾਂ ABC ਪੜ੍ਹੀ ਦੀ ਆ ਸਟਾਰਟਿੰਗ ਵਿੱਚ, ਸਮਾਧੀ ਲਾ ਕੇ ਚੌਂਕੜਾ ਮਾਰ ਕੇ ਆਪਣੀ ਬਾਡੀ ਨੂੰ ਸਿੱਧਾ ਰੱਖ ਕੇ ਯੂ ਮਸਟ ਉਸ ਨੂੰ ਸੁਣੋ। ਸਤਿਗੁਰੂ ਜੀ ਨੇ ਲਿਖਿਆ ਕਿ ਇੰਦਰੀ ਵਸ ਕਰ ਸੁਣੋ ਹਰ ਨਾਮ, ਇੰਦਰੀਆਂ ਨੂੰ ਪੰਜੀਆਂ ਸ਼ਕਤੀਆਂ ਨੂੰ ਕੰਟਰੋਲ ਕਰਕੇ ਨਾਮ ਨੂੰ ਸੁਣੋ। ਜਦੋਂ ਨਾਮ ਨੂੰ ਤੁਸੀਂ ਸੁਣਦੇ ਹੋ, ਉਹ ਆਵਾਜ਼ ਨੂੰ ਸੁਣਦੇ ਹੋ, ਸਾਊਂਡ ਨੂੰ ਸੁਣਦੇ ਹੋ, ਭਾਵ ਕਹਿਣ ਦਾ ਕਿ ਤੁਸੀਂ ਜੇ ਵਾਹਿਗੁਰੂ ਦੀ ਸਾਊਂਡ ਪੈਦਾ ਕਰਦੇ ਆ, ਪੈਦਾ ਤਾਂ ਕਰਨੀ ਜੀਵ ਨੇ ਆ ਲੇਕਿਨ ਸੁਣਨੀ ਤਾਂ ਕੰਨਾਂ ਨੇ ਆ, ਜਦੋਂ ਕੰਨ ਸੁਣਦੇ ਨੇ ਫਿਰ ਤੁਹਾਨੂੰ ਉਸ ਵਾਹਿਗੁਰੂ ਦੀ ਧੁਨ ਵਿੱਚ ਚੈਨ ਵੀ ਆਉਣੀ ਸ਼ੁਰੂ ਹੋ ਜਾਂਦੀ ਆ। ਸੋ ਖੈਰ ਮੈਂ ਦੱਸਣ ਲੱਗਾ ਸਾਰੀਆਂ ਸੰਗਤਾਂ ਨੂੰ, ਅਗਰ ਆਪਣੀ ਮਾਨਸਿਕ ਤੌਰ 'ਤੇ ਸਿਹਤ ਚੰਗੀ ਰੱਖਣੀ ਚਾਹੁੰਦੇ ਹਾਂ ਤਾਂ ਅੰਮ੍ਰਿਤ ਵੇਲਾ ਉੱਠਣਾ, ਬਹੁਤ ਸਾਰੇ ਤਜਰਬੇ ਵਿੱਚ 2:30 ਵਜੇ ਦਾਸ ਉੱਠਦਾ, 2:30 ਵਜੇ ਉੱਠ ਕੇ ਸਭ ਤੋਂ ਪਹਿਲਾਂ ਤਾਂ ਵਾਸ਼ਰੂਮ ਜਾ ਕੇ 1 ਘੰਟਾ ਐਕਸਰਸਾਈਜ਼ ਕਰਦਾ ਬਾਡੀ ਨੂੰ ਫਿੱਟ ਕਰਨ ਲਈ, ਉਸ ਤੋਂ ਬਾਅਦ ਫਿਰ ਆਪਣਾ ਕੀਰਤਨ ਕਰਦਾ ਹੈਗਾ, 1 ਘੰਟਾ ਕੀਰਤਨ ਕਰਦਾ ਆਪੇ ਇਕੱਲਾ, ਉਸ ਤੋਂ ਬਾਅਦ ਫਿਰ ਸਿਮਰਨ ਕਰਦਾ ਹੈਗਾ ਗੁਰਬਾਣੀ ਦੇ ਬੇਸ ਦੇ ਉੱਤੇ, ਉਹ ਫਿਰ 1/2 ਘੰਟਾ ਉਹ ਕਰਕੇ ਤਾਂ ਫਿਰ 5 ਬਾਣੀਆਂ ਦਾ ਪਾਠ ਵੀ ਕਰਕੇ ਤਾਂ ਤਕਰੀਬਨ ਕਹਿ ਲਓ ਕਿ 6:30 ਵਜੇ ਫਿਰ ਮੈਂ ਆਰਾਮ ਕਰ ਲੈਣਾ। ਆਰਾਮ ਕਿੰਨੇ ਚਿਰ ਕਰਨਾ? ਨੋਟ ਮੋਰ ਦੈਨ 1 ਆਵਰ, ਕਿਉਂਕਿ ਉਹ 1 ਘੰਟੇ ਦੀ ਤੁਹਾਡੀ ਜਿਹੜੀ ਨੀਂਦ ਵਾ ਨਾ ਉਹ 3-4 ਘੰਟੇ ਦੇ ਬਰਾਬਰ ਹੋ ਜਾਂਦੀ ਆ। ਤਾਂ ਮੈਂ ਸਭ ਨੂੰ ਬੇਨਤੀ ਕਰਦਾ, ਜਿਹਨੂੰ ਕੋਈ ਕੰਮ ਨਹੀਂ, ਜਿਹਨੂੰ ਤਾਂ ਕੰਮ ਹੈਗਾ ਉਹਨੂੰ ਉੱਥੇ ਤਾਂ ਕੰਨੂ ਲਾਗੂ ਨਹੀਂ ਹੁੰਦਾ, ਉਹ ਅੱਗੇ ਪਿੱਛੇ ਕਰ ਸਕਦਾ ਆਪਣੇ ਸਮੇਂ ਨੂੰ, ਪਰ ਜਿਹਨਾਂ ਨੂੰ ਕੋਈ ਕੰਮ ਨਹੀਂ ਉਹ ਰਜਾਈ 'ਚ ਪਲੀਜ਼ 1/2 ਰਾਤ ਤੋਂ ਬਾਅਦ 3-4 ਵਜੇ ਬੜੇ ਨਾ ਰਹਿਣ, ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨ, ਲੇਜ਼ੀ ਨਾ ਬਣਨ, ਕਿਉਂਕਿ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਉੱਦਮ ਕਰਕੇ ਆਪਣਾ ਜੀਵਨ ਬਤੀਤ ਕਰਦਾ। ਔਰ ਇਹਦੇ ਵਿੱਚ ਦਾਸ ਨੂੰ ਜੋ ਕੁਝ ਮਿਲਿਆ ਉਹ ਸਾਰੀ ਸੰਗਤ ਦੇ ਸਾਹਮਣੇ ਆ।
ਬਹੁਤ ਧੰਨਵਾਦ ਜੀ। ਲੈਂਦੇ ਹਾਂ ਬ੍ਰੇਕ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਕੋਨਸੈਪਟ ਆਫ ਵਨ ਜਿੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਦੇ ਨਾਲ ਮੁੜ ਤੋਂ ਜੁੜ ਕੇ ਕਿਸ ਤਰ੍ਹਾਂ ਅਸੀਂ ਇਹ ਚੀਜ਼ਾਂ ਨੂੰ ਅਡੋਪਟ ਕਰਨਾ ਅਤੇ ਆਪਣੇ ਜੀਵਨ ਵਿੱਚ ਪਰਿਵਰਤਨ ਲਿਆਉਣਾ ਇਸ ਬਾਰੇ ਗੱਲਬਾਤ ਕਰ ਰਹੇ ਹਾਂ। ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਗਿਆਨੀ ਸਵਰਨ ਸਿੰਘ ਜੀ ਨਾਲ ਸਾਂਝ ਪਾ ਰਹੇ ਹਾਂ ਜੀ, ਕਿਸ ਤਰੀਕੇ ਨਾਲ ਅਸੀਂ ਵੀ ਉਸ ਇੱਕ ਨਾਲ ਜੁੜਨਾ ਹੈ, ਇਹ ਇੱਕ ਨਾਲ ਜੁੜਨ ਦਾ ਕੀ ਮਤਲਬ ਕੀ ਹੈ, ਕਿਸ ਤਰ੍ਹਾਂ ਅਸੀਂ ਇਸ ਕੋਨਸੈਪਟ ਨੂੰ ਸਮਝਣਾ ਹੈ, ਇਹ ਸਾਰੇ ਇਸ਼ੂਜ਼ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਅਤੇ ਗਿਆਨੀ ਜੀ ਨੇ ਬ੍ਰੇਕ ਤੋਂ ਪਹਿਲਾਂ ਆਪਣੇ ਜੀਵਨ ਦਾ ਜੋ ਇਹ ਸਕੈਜੂਲ ਹੈ ਉਸ ਬਾਰੇ ਸਾਂਝ ਪਾਈ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਸਭ 'ਤੇ ਇਹ ਚੀਜ਼ ਲਾਗੂ ਹੁੰਦੀ, ਲੇਕਿਨ ਜਿਹੜੇ ਲੋਕ ਫਰੀ ਨੇ ਜਿਨ੍ਹਾਂ ਕੋਲ ਸਮਾਂ ਹੈਗਾ ਔਫਕੋਰਸ ਉਹ ਜ਼ਰੂਰ ਇਸ ਚੀਜ਼ ਨੂੰ ਅਡੋਪਟ ਕਰਨ। ਪਰ ਇਸਦਾ ਇਹ ਵੀ ਮਤਲਬ ਨਹੀਂ ਕਿ ਜਿਹੜੇ ਵਿਅਕਤੀਆਂ ਕੋਲ ਸਮਾਂ ਘੱਟ ਹੈ ਉਹ ਬਿਲਕੁਲ ਹੀ ਇਸ ਚੀਜ਼ ਨੂੰ ਛੱਡ ਦੇਣ। ਜਿੰਨਾ ਵੀ ਸਮਾਂ ਨਿਕਲ ਸਕਦਾ ਜ਼ਰੂਰ ਕੱਢ ਕੇ ਉਸ ਪਰਮਾਤਮਾ ਨਾਲ ਜੁੜਨ ਦਾ ਯਤਨ ਜ਼ਰੂਰ ਕਰੀਏ। ਇਸਦੇ ਕੀ ਬੈਨੀਫਿਟਸ ਹੁੰਦੇ ਨੇ ਅਤੇ ਕੀ ਸਾਨੂੰ ਸਮਝ ਪੈਂਦੀ ਹੈ, ਕਿਉਂਕਿ ਅਲਟੀਮੇਟਲੀ ਤਾਂ ਸਾਡਾ ਜਿਹੜਾ ਜੀਵਨ ਦਾ ਮਕਸਦ ਕੀ ਹੈ ਉਹ ਸਾਨੂੰ ਸਮਝਣਾ ਪਵੇਗਾ। ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਹਾਂ ਜੀ। ਗਿਆਨੀ ਜੀ, ਸੋ ਮਕਸਦ ਦੀ ਜਦੋਂ ਗੱਲ ਕਰ ਰਹੇ ਹਾਂ, ਤੁਸੀਂ ਜਿਹੜੇ ਦੱਸ ਰਹੇ ਹੋ ਹੁਣ ਹੁਕਮ ਹੈਗਾ, ਤੁਸੀਂ ਕਿਹਾ ਸਿੱਖ ਨੂੰ, ਇਹ ਕੋਈ ਮੈਂਡੇਟਰੀ ਹੈਗਾ, ਇਟ ਇਜ਼ ਨੋਟ ਕਿ ਤੁਸੀਂ ਆਪਸ਼ਨਲ ਹੈਗਾ, ਇਹ ਜ਼ਰੂਰੀ ਹੈਗਾ ਇੱਕ ਸਿੱਖ ਵਾਸਤੇ, ਬਿਲਕੁਲ ਇਸ ਪਰਮਾਤਮਾ ਨਾਲ ਜੁੜਨਾ ਹੈ ਜੀ। ਸੋ ਇਹ ਪਰਮਾਤਮਾ ਨਾਲ ਜੁੜਨ ਨਾਲ ਸਿਮਰਨ ਜਦੋਂ ਕਰੀਦਾ, ਤੁਸੀਂ ਕਿਹਾ ਕਿ ਜਿੱਥੇ ਮੂੰਹ ਰਾਹੀਂ ਅਸੀਂ ਵਾਹਿਗੁਰੂ ਬੋਲ ਰਹੇ ਹਾਂ ਜਾਂ ਪਾਠ ਕਰ ਰਹੇ ਹਾਂ ਉਸਨੂੰ ਅਸੀਂ ਸੁਣੀਏ ਵੀ, ਇਹ ਨਹੀਂ ਕਿ ਸਿਰਫ ਰਿਪੀਟ ਕਰਕੇ ਅਸੀਂ ਖਤਮ ਕਰਨ ਦਾ ਯਤਨ ਕਰੀਏ। ਸੋ ਥੋੜ੍ਹਾ ਜਿਹਾ ਹੋਰ ਇਸ ਨੂੰ ਐਗਜ਼ੈਂਪਲੀਫਾਈ ਕਰੋ, ਥੋੜ੍ਹਾ ਜਿਹਾ ਹੋਰ ਆਸਾਨ ਸਾਡੇ ਵਾਸਤੇ ਕਰੋ ਕਿ ਹੌਲੀ ਹੌਲੀ ਕਿਵੇਂ ਸਟੈਪਸ ਲੈ ਜਾ। ਜਦੋਂ ਦੇਖੋ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਨਾ, ਫਿਰ ਅਸੀਂ ਇੱਕ ਨਾਲ ਜੁੜ ਜਾਂਦੇ ਹਾਂ, ਅਸੀਂ ਇੱਕ ਹੀ ਹੋ ਜਾਂਦੇ ਹਾਂ, ਰਾਈਟ, ਸਾਡੇ ਅੰਦਰ ਦਵੈਤ ਭਾਵ ਮੁੱਕ ਹੀ ਜਾਂਦਾ, ਸਾਨੂੰ ਦਿਸਦਾ ਮਹਿਸੂਸ ਹੁੰਦਾ ਹੈ ਆਈ ਐਮ ਨੋਟ ਦਾ ਬੋਡੀ ਬਟ ਆਈ ਐਮ ਦਾ ਸੋਲ। ਜਦੋਂ ਮਹਿਸੂਸ ਹੋ ਗਿਆ ਕਿ ਮੇਰੀ ਬੋਡੀ ਵੱਖਰੀ ਆ, ਉਹ ਤਾਂ ਇੱਕ ਜੜ ਹੈਗੀ ਆ, ਪਰ ਅਸਲ ਮੇਰਾ ਅਸਲਾ ਜਿਹੜਾ ਉਹ ਆਤਮਾ ਹੈਗੀ ਆ। ਤਾਂ ਜਦੋਂ ਅਸਲਾ ਆਤਮਾ ਆ, ਮੈਂ ਵੀਰ ਜੀ ਇੱਕ ਹੋਰ ਬੇਨਤੀ ਕਰਾਂ, ਤੁਹਾਡਾ ਫਰਜ਼ ਕੀਤਾ ਰਾਤ ਨੂੰ ਟੈਲੀਫੋਨ ਜਿਹੜਾ ਸੀ ਨਾ ਉਹਦੀ ਬੈਟਰੀ ਡੈਡ ਹੋ ਗਈ, ਤਾਂ ਤੁਸੀਂ ਹੁਣ ਜਾਣਾ ਕੀ ਕਰੋਗੇ? ਪਹਿਲਾਂ ਚਾਰਜ ਕਰੋਗੇ ਨਾ, ਅਤੇ ਚਾਰਜ ਕਰੋਗੇ ਵੀ ਤੁਹਾਡੀ ਬੈਟਰੀ ਉਹਦੀ ਮਨਿਆਦ ਆ ਵੀ ਇੰਨਾ ਚਿਰ ਤੱਕ ਚੱਲਣੀ ਆ, ਉਹ ਤੋਂ ਬਾਅਦ ਫਿਰ ਚਾਰਜ ਕਰਨੀ ਪਏਗੀ। ਇਹ ਵੀ ਸਾਡਾ ਮਨੁੱਖ ਜਨਮ ਵੀ ਉਸ ਟੈਲੀਫੋਨ ਦੀ ਤਰ੍ਹਾਂ ਹੈ, ਇਸ ਨੂੰ ਜੇਕਰ ਅਸੀਂ ਚਾਰਜ ਨਹੀਂ ਕਰਾਂਗੇ ਤਾਂ ਇਹ ਫਿਰ ਇੱਕ ਦਿਨ ਅੰਦਰੋਂ ਫੰਕਸ਼ਨ ਕਰਨਾ ਹਟ ਜਾਏਗਾ। ਮੈਂ ਕੀ ਆਖਾਂਗਾ, ਇੱਕ ਦਿਨ ਅੰਦਰੋਂ ਆਤਮਕ ਗਿਆਨ ਦਾ ਫੰਕਸ਼ਨ ਕਰਨਾ ਇਹ ਬੰਦ ਹੋ ਜਾਏਗਾ। ਜਦੋਂ ਆਤਮਕ ਗਿਆਨ ਦੀ ਮਨੁੱਖ ਦੇ ਅੰਦਰ ਕੋਈ ਰੋਸ਼ਨੀ ਨਹੀਂ ਹੋਏਗੀ ਤਾਂ ਕੀ ਹੋਏਗਾ, ਅਗਿਆਨਤਾ ਦਾ ਹਨੇਰਾ ਅੰਦਰ ਛਾਇਆ ਰਹੇਗਾ। ਔਰ ਮਨੁੱਖ ਜਿੰਨੇ ਕੁਕਰਮ ਕਰਦਾ ਉਹ ਅਗਿਆਨਤਾ ਕਰਕੇ ਹੀ ਕਰਦਾ ਹੈ। ਸੋ ਭਾਵ ਮੇਰਾ ਕਿ ਅਗਿਆਨਤਾ ਹੀ ਸਾਰੇ ਰੋਗਾਂ ਦੀ ਜੜ੍ਹ ਹੈ ਔਰ ਅਗਿਆਨਤਾ ਹੋਮੇ ਕਰਕੇ ਪੈਦਾ ਹੁੰਦੀ ਹੈ। ਇਸ ਕਰਕੇ ਦਾ ਰੂਟ ਕਾਜ਼ ਆਫ ਆਲ ਪ੍ਰੋਬਲਮਸ ਇਜ਼ ਦਾ ਈਗੋ ਐਂਡ ਈਗੋ ਇਜ਼ ਕ੍ਰੀਏਟਡ ਬਾਈ ਭਾਵੇਂ ਮਨੁੱਖ ਨੂੰ ਇਹ ਜਿਹੜਾ ਈਗੋ ਆ ਹੋਮੇ, ਇਹ ਅਕਾਲ ਪੁਰਖ ਦੀ ਰਚਨਾ ਹੈ ਜੀ, ਇਹ ਅਕਾਲ ਪੁਰਖ ਦੀ ਰਚਨਾ ਆ। ਇਹ ਅਕਾਲ ਪੁਰਖ ਦੀ ਰਚਨਾ ਤਾਂ ਆ ਕਿ ਤੂੰ ਇਹਦੇ ਨਾਲ ਲੜ ਕੇ ਤਕੜਾ ਹੋਣਾ। ਅਕਾਲ ਪੁਰਖ ਦੀ ਰਚਨਾ ਇਹ ਆ ਕਿ ਭਲਵਾਨ ਬਣਨ ਲਈ ਕੁੱਟ ਖਾਣੀ ਪੈਣੀ ਆ, ਅਤੇ ਜੇ ਤੂੰ ਕਹੇ ਮੈਂ ਉਦਾਂ ਹੀ ਭਲਵਾਨ ਬਣ ਜਾਵਾਂ, ਇਟਸ ਇੰਪੋਸੀਬਲ। ਸਿੱਖ ਨੇ ਭਲਵਾਨ ਬਣਨਾ ਅਤੇ ਹੋਮੇ ਦੇ ਨਾਲ ਯੁੱਧ ਕਰਕੇ ਘੁਲ ਕੇ ਫਿਰ ਉਹਨੇ ਭਲਵਾਨ ਬਣਨਾ ਹੈ, ਔਰ ਉਹ ਜਿਤਨਾ ਵੀ ਅਖੀਰ ਦੇ ਉੱਤੇ ਉਹਨੇ ਦੁਮਾਲਾ ਵੀ ਉਹਨੇ ਲੈਣਾ ਹੈਗਾ। ਸੋ ਇਸ ਕਰਕੇ ਜਿਹੜਾ ਤੁਸੀਂ ਆਖਦੇ ਹੋ, ਦੇਖੋ ਇਹ ਸਿਮਰਨ ਕੀਤਿਆਂ ਹੀ ਪਤਾ ਲੱਗਦਾ ਕਿੰਨੀਆਂ ਮੁਸ਼ਕਲਾਂ ਆਉਂਦੀਆਂ। ਮੇਰੀ ਗੱਲ 'ਤੇ ਯਕੀਨ ਨਾ ਕਰਿਓ ਤੁਸੀਂ, ਆਪ ਕਰਕੇ ਮੇਰੇ 'ਤੇ ਯਕੀਨ ਨਹੀਂ ਕਰਨਾ, ਆਪਣੇ ਗੁਰੂ 'ਤੇ ਯਕੀਨ ਕਰਨਾ। ਜਦੋਂ ਆਪਣੇ ਗੁਰੂ 'ਤੇ ਯਕੀਨ ਕਰੋਗੇ, ਉਹਨੂੰ ਪ੍ਰੈਕਟਿਸ ਵਿੱਚ ਲਿਆਓਗੇ, ਦੈਨ ਯੂ ਵਿਲ ਫਾਈਂਡ ਦਾ ਆਨਸਰ ਐਂਡ ਯੂ ਕੈਨ ਇੰਜੋਏ ਦਾ ਬੈਨੀਫਿਟ ਜਿਹੜਾ ਗੁਰੂ ਜੀ ਨੇ ਕਿਹਾ ਕਿ ਤੈਨੂੰ ਲਾਭ ਹੋਏਗਾ। ਦੇਖੋ ਜਦੋਂ ਇੱਕ ਨਾ ਮੈਂ ਜੁੜ ਗਿਆ ਤਾਂ ਮੈਂ ਸੱਚ ਨਾਲ ਜੁੜ ਗਿਆ, ਰਾਈਟ, ਅਤੇ ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ,
ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਜੀ। ਜੇ ਮੈਂ ਇੱਕ ਨਾਲ ਜੁੜ ਗਿਆ ਤਾਂ ਮੇਰੇ ਅੰਦਰ ਵੀਰ ਜੀ ਕ੍ਰੀਏਟਿਵ ਫੋਰਸ ਜਿਹੜੀ ਆ, ਕਰਤਾ ਸ਼ਕਤੀ, ਉਹ ਫੰਕਸ਼ਨ ਕਰੇਗੀ, ਕਿਉਂਕਿ ਮੈਂ ਚਾਰਜ ਕਰ ਲਿਆ ਆਪਣੇ ਆਪ ਨੂੰ। ਫਿਰ ਮੈਂ ਬੇਈਮਾਨੀ ਕਰਕੇ ਪੈਸੇ ਨਹੀਂ ਕਮਾਊਂਗਾ, ਫਿਰ ਮੈਂ ਹੇਰਾਫੇਰੀ ਕਰਕੇ ਪੈਸੇ ਨਹੀਂ ਕਮਾਊਂਗਾ, ਫਿਰ ਮੈਂ ਦੁਨੀਆਂ ਲੁੱਟਣ ਵਾਸਤੇ ਨਹੀਂ ਸੋਚੂੰਗਾ, ਮੈਂ ਫਿਰ ਹਰ ਗੱਲ ਦੇ ਉੱਤੇ ਇੱਦਾਂ ਨਹੀਂ ਸੋਚੂਗਾ ਕਿ ਹਾਊ ਟੂ ਮੇਕ ਮਨੀ ਵਿਦ ਫਾਉਲ ਮੀਨਸ। ਮੈਂ ਸੋਚਾਂਗਾ ਨਹੀਂ, ਰੱਬ ਨੇ ਮੈਨੂੰ ਕਰਤਾ ਸ਼ਕਤੀ ਦਿੱਤੀ ਆ, ਮੈਂ ਉਹਦਾ ਲਾਭ ਉਠਾਵਾਂ ਅਤੇ ਕਰਤਾ ਸ਼ਕਤੀ ਰਾਹੀਂ ਕਿਰਤ ਕਰਾਂ, ਕਿਰਤ ਕਰਕੇ ਮੈਂ ਆਪਣੇ ਜੀਵਨ ਦਾ ਨਿਰਵਾਹ ਕਰਾਂ। ਇਹ ਵੀਰ ਜੀ ਤਾਂ ਹੀ ਹੋਵੇਗਾ ਜਾਂ ਇੱਕ ਨਾਲ ਜੁੜਿਆ ਹੋਵੇਗਾ। ਅੱਛਾ, ਹੁਣ ਜਦੋਂ ਇੱਕ ਨਾਲ ਜੁੜ ਗਿਆ ਬੰਦਾ ਅਤੇ ਕਰਤਾ ਸ਼ਕਤੀ ਦਾ ਇਸਤੇਮਾਲ ਕਰਨਾ ਪਿਆ ਜੀ, ਉਹਦਾ ਯੂਟੀਲਾਈਜ਼ ਕਰਨਾ ਪਿਆ, ਉਹਨੂੰ ਕਿਤੇ ਇਤਨੇ ਮਹਾਨ ਆਈਡੀਏ ਉਸ ਦਿਮਾਗ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਕਿ ਉਹ ਇੱਕ ਬੜਾ ਅਮੀਰ ਸ਼ਕਤੀ ਦਾ ਮਾਲਕ ਬਣ ਜਾਏਗਾ, ਔਰ ਉਹ ਫਿਰ ਕਦੀ ਵੀ ਬੁਰਿਆਈ ਵਾਲਾ ਧਿਆਨ ਵੀ ਨਹੀਂ ਦੇਵੇਗਾ, ਕਿਉਂਕਿ ਉਸ ਨੂੰ ਸੱਚਾਈ ਦਾ ਗਿਆਨ ਹੋ ਗਿਆ। ਅਤੇ ਫਿਰ ਜਿਹੜਾ ਇੱਕ ਨਾਲ ਜੁੜ ਗਿਆ ਉਹ ਫਿਰ ਕਿਸੇ ਤੋਂ ਡਰੇਗਾ ਨਹੀਂ, ਰਾਈਟ, ਉਹ ਡਰੇਗਾ ਨਹੀਂ। ਅਮੀਰ ਤੋਂ ਅਮੀਰ ਬੰਦਾ ਵੀ, ਵੱਡੇ ਵੱਡੇ ਮਹੱਲਾਂ 'ਚ ਰਹਿਣ ਵਾਲਾ ਵੀ, ਫੌਜਾਂ ਵਾਲੇ ਵੀ ਅੰਦਰ ਬੈਠੇ ਡਰਦੇ ਨੇ, ਠੀਕ, ਕਿਉਂ? ਉਹ ਇੱਕ ਨਾਲ ਨਹੀਂ ਜੁੜੇ, ਉਹ ਪਦਾਰਥਾਂ ਨਾਲ ਜੁੜੇ ਹੋਏ ਨੇ। ਜਿਹੜੇ ਲੋਕ ਪਦਾਰਥਾਂ ਨਾਲ ਜੁੜੇ ਹੋਏ ਨੇ ਉਹ ਸਾਰੇ ਡਰਾਕਲ ਨੇ, ਜਿਹੜੇ ਇੱਕ ਨਾਲ ਜੁੜ ਜਾਂਦੇ ਨੇ ਉਹ ਨਿਰਭਉ ਹੋ ਜਾਂਦੇ ਨੇ। ਤਾਂ ਕਿ ਗੁਰੂ ਸਾਹਿਬ ਨੇ ਇਹ ਵੀ ਕਹਿ ਦਿੱਤਾ, ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ। ਔਰ ਇਹ ਵੀ ਕਿਹਾ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗੁਆਸਾ। ਔਰ ਕੌਣ ਹੈ? ਇੱਕ ਇੱਕ ਹੀ ਨਿਰਭਉ ਹੈ, ਔਰ ਇੱਕ ਨਾਲ ਜੁੜ ਕੇ ਮੈਂ ਵੀ ਨਿਰਭਉ ਵਾਲਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੇਵਾਂ। ਇਸੇ ਕਰਕੇ ਮਨੁੱਖ ਦੇ ਅੰਦਰ ਜੁੜਤ ਆਉਂਦੀ ਆ, ਇਸੇ ਕਰਕੇ ਮਨੁੱਖ ਦੇ ਅੰਦਰ ਦਲੇਰੀ ਆਉਂਦੀ ਆ। ਬਹੁਤ ਧੰਨਵਾਦ ਜੀ, ਇੱਥੇ ਆ ਕੇ ਜਿਹੜਾ ਤੁਸੀਂ ਸਾਡੇ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਪਾਉਂਦੇ ਹੋ, ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਇੱਕ ਦਾ ਕੋਨਸੈਪਟ ਬੜੇ ਸਿੰਪਲ ਤਰੀਕੇ ਨਾਲ ਭਾਈ ਸਾਹਿਬ ਸਾਨੂੰ ਕਈ ਹਫ਼ਤਿਆਂ ਤੋਂ ਸਮਝਾ ਰਹੇ ਨੇ, ਇਸ ਸਫ਼ਰ ਨੂੰ ਅਸੀਂ ਅੱਗੇ ਕੰਟੀਨਿਊ ਰੱਖਾਂਗੇ। ਤੁਹਾਡੇ ਕੋਲ ਕੋਈ ਸਵਾਲ ਹੋਏ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ, 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ, harpreetsingshow@gmail.com। ਯਾਨੀ ਸਵਰਨ ਸਿੰਘ ਜੀ ਨਾਲ ਡਾਇਰੈਕਟਲੀ ਗੱਲਬਾਤ ਕਰਨੀ ਹੋਏ ਤਾਂ 604-589-0761 'ਤੇ ਫੋਨ ਕਰ ਸਕਦੇ ਹੋ। ਇੱਥੇ ਕਰਦਾ ਪ੍ਰੋਗਰਾਮ ਦੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।